ਪੰਜਾਬ ਦੇ ਵਿੱਚ ਅਨੁਸੂਚਿਤ ਜਾਤੀਆਂ ਸਭ ਤੋਂ ਸ਼ਕਤੀਸ਼ਾਲੀ ਅਤੇ ਵੱਡਾ ਵੋਟ ਬੈਂਕ ਹਨ, ਪਰ ਜਦੋਂ ਸੱਤਾ ਦੇ ਵਿੱਚ ਹਿੱਸੇਦਾਰੀ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਨੂੰ ਹਮੇਸ਼ਾ ਹੀ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਪਰ ਜਦੋਂ ਤੋਂ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਵਿੱਚ ਸੱਤਾ ਸੰਭਾਲੀ ਆ ਤਾਂ ਹਾਲਾਤ ਬਹੁਤ ਹੀ ਬਦਲ ਗਏ ਆ। ਸਮਾਜ ਦੇ ਕਮਜ਼ੋਰ ਅਤੇ ਹਾਸ਼ੀਏ 'ਤੇ ਪਏ ਵਰਗਾਂ ਦੀ ਆਵਾਜ਼ ਹੁਣ ਕੈਬਨਿਟ ਦੇ ਵਿੱਚ ਸ਼ਾਮਲ 16 ਤੋਂ 6 ਮੰਤਰੀਆਂ ਦੇ ਰੂਪ ਦੇ ਵਿੱਚ ਸੁਣੀ ਜਾਂਦੀ ਆ ਅਤੇ ਉਹਨਾਂ ਨੂੰ ਮਹਿਸੂਸ ਕੀਤਾ ਜਾਂਦਾ ਹੈ। ਇਹ ਮੰਤਰੀ ਹੁਣ ਮਾਮੂਲੀ ਚਿਹਰੇ ਨਹੀਂ ਹਨ, ਜਿਨ੍ਹਾਂ ਦੇ ਕੋਲ ਸੱਤਾ ਦੇ ਨਾ ਤਾਂ ਮਾਮੂਲੀ ਵਿਭਾਗ 'ਤੇ ਘੱਟ ਸ਼ਕਤੀ ਹੁੰਦੀ ਆ, ਸਗੋਂ ਇਹ ਸੂਬਾ ਸਰਕਾਰ ਦੇ ਮੁੱਖ ਵਿਭਾਗਾਂ ਨੂੰ ਸੰਭਾਲਣ ਵਾਲੇ ਅਸਲੀ ਸ਼ਕਤੀ ਮੰਤਰੀ ਹਨ। ਮੰਤਰੀ ਮੰਡਲ ਦੇ ਵਿੱਚ ਵਿੱਤ ਵਿਭਾਗ ਹਰਪਾਲ ਸਿੰਘ ਚੀਮਾ, ਖੁਰਾਕ ਅਤੇ ਨਾਗਰਿਕ ਸਪਲਾਈ ਵਿਭਾਗ ਲਾਲ ਚੰਦ ਕਟਾਰੂ ਚੱਕ, ਲੋਕ ਨਿਰਮਾਣ ਵਿਭਾਗ ਹਰਭਜਨ ਸਿੰਘ, ETO ਸਮਾਜਿਕ ਨਿਆਂ ਵਿਭਾਗ ਡਾਕਟਰ ਬਲਜੀਤ ਕੌਰ, ਸਥਾਨਕ ਲੋਕਲ ਬਾਡੀ ਵਿਭਾਗ ਡਾਕਟਰ ਰਵਜੋਤ ਅਤੇ ਬਾਗਬਾਨੀ ਵਿਭਾਗ ਮਹਿੰਦਰ ਭਗਤ ਵਰਗੇ ਮੰਤਰੀਆਂ ਦੇ ਕੋਲ ਆ। ਇਹਨਾਂ ਦੇ ਵਿੱਚੋਂ ਵਧੇਰੇ ਮੰਤਰੀ ਦਾ ਸ਼ਾਇਦ ਹੀ ਪਿਛਲੀ ਸਰਕਾਰਾਂ ਦੀ ਤੁਲਨੀ ਦੇ ਵਿੱਚ ਕੋਈ ਵੀ ਮਜ਼ਬੂਤ ਸਿਆਸੀ ਜਾਂ ਪਰਿਵਾਰਿਕ ਆਧਾਰ ਹੋਵੇ, ਜਿੱਥੇ ਸੱਤੇ ਦੇ ਵਿੱਚ ਬੈਠ ਕੇ ਆਪਣੇ ਕਰੀਬੀ ਰਿਸ਼ਤੇਦਾਰਾਂ ਨੂੰ ਹੀ ਨਿਵਾਜਦੇ ਆ। ਕਾਂਗਰਸ ਦੇ ਵਿੱਚ ਚੌਧਰੀ ਪਰਿਵਾਰ ਲਗਭਗ 100 ਸਾਲ ਤੱਕ ਸੱਤਾ ਦਾ ਲਾਭ ਲੈਂਦਾ ਰਿਹਾ ਹੈ, ਜਦੋਂ ਕਿ ਅਕਾਲੀ ਦਲ ਦੇ ਵਿੱਚ ਧੰਨਾ ਸਿੰਘ ਗੁਲਸ਼ਨ, ਚਰਨਜੀਤ ਸਿੰਘ ਅਟਵਾਲ, ਗੁਰਦੇਵ ਸਿੰਘ ਬਾਦਲ ਅਤੇ ਗੁਲਜ਼ਾਰ ਸਿੰਘ ਰਣੀਕੇ ਵਾਲੇ ਨੇਤਾਵਾਂ ਦੇ ਪਰਿਵਾਰ ਨੇ ਸੱਤਾ ਭੋਗਣ ਲਈ ਕੁਰਸੀ ਦੀ ਸੰਗੀਤਮਈ ਖੇਡ ਖੇਡੀ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੱਡਾ ਬਦਲਾਅ ਲਿਆਂਦਾ ਗਿਆ ਹੈ, ਕਿਉਂਕਿ ਆਮ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਲੋਕਾਂ ਰਾਹੀਂ ਸਮਾਜ ਦਾ ਸਸ਼ਤੀਕਰਨ ਯਕੀਨੀ ਬਣਾਇਆ ਜਾ ਰਿਹਾ ਹੈ। 2003 ਦੀ 91 ਸੰਵਿਧਾਨਿਕ ਸੋਧ ਐਕਟ ਤੋਂ ਬਾਅਦ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਦੇ ਵਿੱਚ ਮੁੱਖ ਮੰਤਰੀ ਦੇ ਸਣੇ ਮੰਤਰੀਆਂ ਦੀ ਕੁੱਲ ਗਿਣਤੀ ਵਿਧਾਨ ਸਭਾ ਦੀ ਕੁੱਲ ਗਿਣਤੀ ਦੇ 15% ਤੋਂ ਵੱਧ ਨਹੀਂ ਹੋਣੀ ਚਾਹੀਦੀ। ਕੁੱਲ 18 ਦੇ ਵਿੱਚੋਂ ਸਿਰਫ 2 ਜਾਂ 2 ਤੋਂ 3 ਮੰਤਰੀ ਹੀ ਸੂਬਾ ਮੰਤਰੀ ਮੰਡਲ ਦਾ ਹਿੱਸਾ ਬਣ ਸਕਦੇ ਆ।